ਮੈਂ ਹੱਕ ਨਾਲ ਆਈ ਗੱਡੀ ਲੈ ਗਿਆ ਜੀ ਇਸ ਕੰਪਨੀ ਉਹ ਦਾ ਫਿਰ ਜਿਹੜਾ ਚੇਂਜ ਕੀਤਾ ਸੀਗਾ ਜਿਹੜਾ ਚੇਂਜ ਕੀਤਾ ਸੈਟ ਸੀ ਉਸ ਤੋਂ ਬਾਅਦ ਉਹਦਾ ਉਹ ਜਿਹੜਾ ਬੈਲੈਂਸ ਨੂੰ ਐਡਜਸਟ ਨਹੀਂ ਕਰਦਾ ਰਿਹਾ ਐਡਜਸਟ ਕਰ ਉਹ ਫਿਰ ਉਹਨਾਂ ਨੇ ਕਹੀ ਕਲੇਮ ਕੀਤੀ ਵੈਸੇ ਅਸੀਂ ਪੈਸਾ ਕੀਤਾ 35,000 ਦਾ ਮੈਂ ਕਿਹਾ ਵੈਸੇ ਲਾਇਕ ਉਹ 4-5,000 ਦਾ ਵੀ ਪਾ ਸਕਦੇ ਕਹਿ ਰਹੇ ਸੀ ਕਹਿੰਦੇ ਯਾਰ ਸਦਾ ਐਡਜਸਟ ਦਾ ਕਲੇਮ ਆ ਗਿਆ ਤੁਹਾਡੇ ਕਿਤੇ ਪਹਿਲਾਂ ਆਏ ਸੀ ਤੇ ਕੋਈ ਚਾਬੀ ਵੀ ਲਿਆਏ ਸਿੱਧੀਆਂ ਕਰਕੇ ਲਾ ਦੇਣੀਆਂ ਗੱਡੀ ਮੁੜ ਕੇ ਬਚਾਈ 160 ਪਹਿਲਾਂ 80 ਦਾ 3 ਮੀਟਰ ਦੀ ਮੈਂ ਤਾਂ ਆਈਓ ਟਿਕਟੋਕ ਖੋਲ ਕੇ ਵੇਖੀ ਆ ਮੈਂ ਤਾਂ ਚੈੱਕ ਕਰੇ ਕਿੰਨੇ ਦੇ ਪਲੱਗ ਬਲਾਇਸ ਕਿੰਨੇ ਚੱਲ ਗਏ ਚੈੱਕ ਕੀਤੇ ਮੈਂ ਤਾਂ 15,000 ਹਾਂ ਮੈਂ ਐਵਰੇਜ 12.5-13 ਦੇ ਰਹੀ ਹੈ ਸਹੀ ਪਾਣੀ ਗਿਆ ਹੈ ਕਰੇ ਸਰਵਿਸ ਕੱਟ ਕਰਿਆ ਕਰੇ ਇੱਕ 'ਚ ਪਾਣੀ ਗਿਆ ਵਾ ਲੱਗ ਸੀ
ਫਿਲਟਰ ਦੇ ਜਾ ਕੇ ਲਾ ਕੇ ਚੱਲ ਹਾਂਜੀ ਮੈਂ ਆ ਜਾਣਾ ਘੰਟੇ ਡੇਢ ਤੱਕ ਚਲੋ ਲੈ ਆ ਲੈ ਆ ਜਨਰਲ ਵੈਸੇ ਮੁਬਲਾਲੇ 'ਚ ਪੈਂਦਾ ਕਿੰਨਾ ਹੈ ਚਾਰ ਹੀ ਪੈਂਦਾ ਚਾਰ ਪੈਂਦਾ ਘੱਟ ਪੈਂਦਾ ਕਿੰਨੇ ਕਿਲੋਮੀਟਰ ਚਲਾਉਂਦਾ ਹੁੰਦਾ ਆਇਓ 5000 ਚਾਹੁੰਦੇ ਵੈਸੇ ਯਾਰ ਕਿਤੇ ਬਤਾ Yeah.
ਪਾਣੀ ਮਾਰ ਦੇ ਲੈ Thank you.
ਹੈ।